ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ ਇਹ ਠੀਕ ਪਾਲਿਸੀ ਹੈ ਅੱਛਾ ਇਹਦੇ ਨਾਲ ਉਹ ਆਪਣੇ ਫੈਸਲੇ ਆਪ ਕਰਨ ਮੇਲ ਮਲਾਪ ਰੱਖੋ ਆਣ ਜਾਣ ਰੱਖੋ ਮਾਪਿਆਂ ਦਾ ਬੱਚਿਆਂ ਦੇ ਕੋਲ ਆਣਾ ਜਾਣਾ ਠੀਕ ਹੈ ਪਰੰਤੂ ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਜੁਰਮ ਹੈ ਪਰ ਦੂਜੇ ਪਾਸੇ ਅਸੀਂ ਇਹ ਵੀ ਤਾਂ ਸੋਚਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ساری ਉਮਰ ਪਾਲਿਆ ਸੰਭਾਲਿਆ ਕਿ ਇੱਕ ਕਮਰਚ ਜਾ ਕੇ ਫਿਰ ਅਸੀਂ ਉਹਨਾਂ ਨੂੰ ਸੰਭਾਲਣਾ ਹੁੰਦਾ ਕਿਤੇ ਨਾ ਕਿਤੇ ਫਿਰ ਅਸੀਂ ਉਸ ਚੀਜ਼ ਨੂੰ ਤੋੜ ਨਹੀਂ ਰਹੇ ਕੇਵਲ ਇਸ ਕਰਕੇ ਕਿ ਬੱਚੇ ਸਾਨੂੰ ਸੰਭਾਲਣ ਬਿਮਾਰ ਨਹੀਂ ਪੈਣਾ ਚਾਹੀਦਾ ਹਾਂਜੀ ਹਰ ਬੰਦੇ ਨੇ ਅਖੀਰ ਤੇ ਸ਼ਮਸ਼ਾਨ ਘਾਟ ਪਹੁੰਚਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾ ਕੇ ਪਹਿਲਾਂ ਹੀ ਬੈਠ ਜਾਈਏ ਉੱਥੇ ਜਦੋਂ ਉਹ ਟਾਈਮ ਆਏਗਾ ਉਹ ਤੁਹਾਡੀ ਦੇਖਭਾਲ ਕਰੇਗਾ ਹਾਂਜੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਉਹ ਨਿਭਾਈਆਂ ਜਾਂਦੀਆਂ ਨਿਭਾਉਣ ਵੇਲੇ ਜਦੋਂ ਅਨੇ ਨਿੱਦ ਮਾਉਣ ਦੀ ਲੋੜ ਪੈਂਦੀ ਹੈ ਉਹ ਨਿਭਾਈਆਂ ਜਾਂਦੀ ਹੈ ਇੱਕ ਪਿਓ ਪੁੱਤਰ ਸੀ ਪਿਓ ਤੇ ਪੁੱਤਰ ਦਾ ਹਮੇਸ਼ਾ ਟਕਰਾਅ ਰਹੇਗਾ ਇਹ ਯੂਨੀਵਰਸਲ ਹੈ ਕਿਉਂਕਿ ਪਿਓ ਵੀ ਮੇਲ ਹੈ ਤੇ ਪੁੱਤਰ ਵੀ ਮੇਲ ਹੈ ਮਾਂ ਤੇ ਧੀ ਦਾ ਵੀ ਟਕਰਾਅ ਰਹੇਗਾ ਮਤਲਬ ਉਹਨਾਂ ਦੀ ਸੋਚ ਬੱਕਰੀ ਹੋਏਗੀ ਜ਼ਮਾਨਾ ਮਤਲਬ ਉਮਰ ਦਾ ਫਰਕ ਆਏਗਾ ਵੀ 25 ਸਾਲ ਦੀ ਉਮਰ ਦਾ ਫਰਕ ਹੈ ਮਤਲਬ ਜਨਰੇਸ਼ਨ ਗੈਪ ਹੈਗਾ ਉਹਦੇ ਵਿੱਚ ਤੇ ਉਹ ਟਕਰਾਅ ਰਿਹਾ ਉਹਦਾ ਤੇ ਕਿਸੇ ਐਕਸਪਰਟ ਨੇ ਕਿਹਾ ਕਹਿੰਦਾ ਤੁਹਾਡੇ ਸਭ ਤੋਂ ਜ਼ਿਆਦਾ ਦੇਖਭਾਲ ਜਿਹੜਾ ਨਾ ਇਹ ਪੁੱਤਰ ਕਰੇਗਾ। ਅੱਛਾ ਜੀ। ਜਦੋਂ ਤੁਹਾਨੂੰ ਲੋੜ ਪਈ। ਹੂੰ। ਤਕਰਾਰ ਜਿਹੜਾ ਹੈ ਉਹ ਇੰਟੈਲੈਕਚੁਅਲ ਹੈ। ਹੂੰ। ਜਿਹੜਾ ਰਿਲੇਸ਼ਨਸ਼ਿਪ ਹੈ ਉਹ ਸੋਸ਼ੀਅਲ ਹੈ। ਹੂੰ। ਇਹ ਤੁਹਾਡੀ ਦੇਖਭਾਲ ਕਰੇਗਾ। ਹੋਇਆ ਵੀਵੇਂ। ਹਾਂਜੀ। ਤੇ ਉਹ ਪੁੱਤਰ ਜਿਹੜਾ ਸੀਗਾ ਉਹ ਪਿਓ ਨੇ ਕਿਹਾ ਤੂੰ ਵਿਸ਼ਵ ਯਾਤਰਾ ਤੇ ਚੱਲਿਆ। ਮੈਂ ਬਿਮਾਰ ਹਾਂ। ਜੇ ਮੈਂ ਮਰ ਗਿਆ ਨਾ ਤੇ ਤੂੰ ਆਪਣੀ ਵਿਸ਼ਵ ਯਾਤਰਾ ਖਤਮ ਕਰਕੇ ਹੀ ਆਈਂ ਅੱਛਾ ਜੀ ਇਹ ਪਿਓ ਦੀ ਸੋਚ ਹੈ ਹੂੰ ਤੇ ਮਾਂ ਕਹਿੰਦੇ ਆ ਜੇ ਮੈਂ ਮਰ ਗਈ ਤਾਂ ਤੂੰ ਜਿੱਥੇ ਮਰਜੀ ਹੋਵੇ ਤੂੰ ਉਸੇ ਵੇਲੇ ਆਈਂ ਤੇ ਮੇਰਾ ਸੰਸਕਾਰ ਜਿਹੜਾ ਨਾ ਤੂੰ ਕਰੀ ਇਹ ਮਾਂ ਦੀ ਸੋਚ ਹੈ ਹਾਂ ਜੀ ਹੁਣ ਜੇਕਰ ਪੁੱਤਰ ਜਿਹੜਾ ਨਾ ਉਹ ਇਸ ਗੱਲ ਨੂੰ ਮੰਨ ਲਵੇ ਤਾਂ ਮਤਲਬ ਪਿਓ ਆਪ ਕਹਿ ਰਹੇ ਆਂ ਕਿ ਵਿਸ਼ੂ ਯਾਤਰਾ ਕਾਮਯਾਬ ਮੁਕੰਮਲ ਕਰਕੇ ਆਏ ਮੇਰੀ ਮਦਰ ਦੀ ਡੈਥ ਹੋ ਗਈ ਜਦੋਂ ਡੈਥ ਹੋ ਗਈ ਤਾਂ ਉਹਨਾਂ ਦੇ ਫੋਲਪਾਉਣੇ ਸੀਗੇ ਤੇ ਮੈਂ ਤਾਂ ਇਸ ਗੱਲ ਦਾ ਕਿਸੇ ਵਹਿੰਦੇ ਪਾਣੀ ਦੇ ਵਿੱਚ ਪਾ ਦੇਣਾ ਚਾਹੀਦੇ ਹਾਂ ਮੈਂ ਤਾਂ ਆਪਣੇ ਬੱਚਿਆਂ ਨੂੰ ਕਿਹਾ ਹੋਇਆ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੋਈ ਵਹਿੰਦਾ ਪਾਣੀ ਹੈਗਾ ਉਹਦੇ ਵਿੱਚ ਪਾ ਦਿਓ ਤੇ ਮੈਂ ਫਾਦਰ ਨੂੰ ਪੁੱਛ ਲਿਆ ਬਈ ਇਹ ਪਾਖੜਾ ਨਹਿਰ ਦੇ ਵਿੱਚ ਪਾ ਦਈਏ ਯਾ ਕੀਰਤਪੁਰ ਪਾ ਕੇ ਆਵਾਂ ਮੇਰੇ ਫਾਦਰ ਨੇ ਕਿਹਾ ਵੀ ਨਹੀਂ ਕੀਰਤਪੁਰ ਪਾ ਕੇ ਆਉਣੇ ਅੱਛਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪਾਖੜਾ ਮਹਿਰ ਚ ਹੀ ਪਾਏ ਜਾਂਦੇ ਹੈ ਪਰ ਕਿਉਂਕਿ ਮੈਂ ਉਹਨਾਂ ਨੂੰ ਪੁੱਛ ਲਿਆ ਸੀ ਇਸ ਕਰਕੇ ਮੈਂ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਮੈਂ ਕੀਰਤਪੁਰ ਹੀ ਪਾ ਕੇ ਆਇਆ ਹਾਂ ਪਰੰਤੂ ਆਪਣੇ ਪਿਤਾ ਦੇ ਫੋਲੋ ਜਿਵੇਂ ਸੀ ਮੈਂ ਪਾਖੜਾ ਦੇ ਵਿੱਚ ਪਾਏ ਕਿਉਂਕਿ ਉਹਨਾਂ ਵਾਲੇ ਮੈਨੂੰ ਪੁੱਛਣ ਦੀ ਲੋੜ ਨਹੀਂ ਸੀ ਹਾਂਜੀ ਸੋ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰੰਤੂ ਇਸ ਗੱਲ ਨੂੰ ਝਗੜੇ ਦੀ ਜੜ ਬਣਾ ਲੈਣਾ ਗਲਤ ਹੈ ਬੱਚੇ ਹਮੇਸ਼ਾ ਧਿਆਨ ਰੱਖਣਗੇ ਮੇਰੇ ਬੱਚੇ ਬਾਹਰ ਹਨ ਤਾਂ ਤਾਂ ਕੀ ਹੋ ਗਿਆ ਮਤਲਬ ਇਸ ਕਰਕੇ ਮੇਰੇ ਕੋਲ ਰਹੀ ਜਾਣ ਕਿਉਂਕਿ ਸਾਡੇ ਉਮਰ ਜਿਹੜੀ ਹੈ ਉਹ ਵੱਧ ਰਹੀ ਹੈ ਨਹੀਂ ਇਹ ਬਿਲਕੁਲ ਗਲਤ ਹੈ ਸਾਨੂੰ ਇਸ ਗੱਲ ਦੀ ਜ਼ਿੰਮੇਵਾਰੀ ਆਪ ਸੰਭਾਲਣੇ ਚਾਹੀਦੀ ਹੈ ਜੇਕਰ ਇਹ ਸੰਭਾਲਣੇ ਚਾਹੀਦੀ ਹੈ ਹੋਰ ਬਹੁਤ ਸਾਰੇ ਲੋਕਾਂ ਦੀ ਹੈਲਪ ਅਵੇਲੇਬਲ ਹੈਗੀ ਹੈ ਬਹੁਤ ਸਾਰੇ ਲੋਕਾਂ ਜਿਹੜੇ ਤੁਹਾਡੀ ਸੇਵਾ ਕਰਨ ਵਾਸਤੇ ਹਨ ਉਹਨਾਂ ਦੀ ਸੇਵਾਵਾਂ ਲੈਣੀਆਂ ਚਾਹੀਦੀਆਂ ਤੇ ਬੱਚੇ ਜਿਹੜੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਉਣ ਦੇਣਾ ਚਾਹੀਦਾ ਜੇਕਰ ਇਵੇਂ ਕਰੋਗੇ ਤਾਂ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਤੁਹਾਡੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਵੀ ਉਹ ਨਿਭਾਉਣਗੇ ਚੰਗੀ ਤਰ੍ਹਾਂ ਨਿਭਾਉਣਗੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਜਿਵੇਂ ਤੁਸੀਂ ਲਿਖਿਆ ਹੋਇਆ ਕਿ ਜਿਹੜੇ ਬੱਚੇ ਜਦੋਂ ਤੱਕ ਖਾਸ ਕਰਕੇ ਮੁੰਡਾ ਹਨਾ ਉਹ ਜੇਬ ਖਰਚ ਆਪਣੇ ਮਾਪਿਓ ਤੋਂ ਮੰਗਦਾ ਹੈ ਉਦੋਂ ਤੱਕ ਉਹਦਾ ਵਿਆਹ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਸੋਚਦੇ ਹੋ ਹਨ ਹੁਣ ਹੁਣ ਸਾਰੇ ਲੋਕ ਕੀ ਹੋਈ ਐਂਦਾ ਸੋਚਦੇ ਆ ਕਿ ਜਦੋਂ ਤੱਕ ਤੁਸੀਂ ਕਮਾਉਣ ਨਹੀਂ ਲੱਗ ਜਾਂਦੇ ਤੁਹਾਨੂੰ ਜ਼ਿੰਦਗੀ ਚ ਬੱਚੇ ਵੀ ਇਹੀ ਸੋਚਦੇ ਆ ਕਿ ਅਸੀਂ ਸੈੱਟ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਵਿਆਹ ਨਹੀਂ ਕਰਾਉਣਾ ਕੁੜੀਆਂ ਲਈ ਤੁਸੀਂ ਕੀ ਸੋਚਦੇ ਹੋ ਹਾਲੇ ਤੱਕ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੁੜੀਆਂ ਨੂੰ ਸਿਰਫ ਪੜਾਉਂਦੇ ਲਿਖਾਉਂਦੇ ਇਸ ਲਈ ਨਹੀਂ ਕਿ ਉਹਨਾਂ ਦਾ ਉਹਨਾਂ ਨੂੰ ਚੰਗਾ ਰਿਸ਼ਤਾ ਮਿਲ ਜਾਵੇ ਉਹਨਾਂ ਨੂੰ ਇਸ ਲਈ ਨਹੀਂ ਪੜਾਉਂਦੇ ਲਿਖਾਉਂਦੇ ਕਿ ਉਹ ਆਰਥਿਕ ਤੌਰ ਤੇ ਵੀ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਕੀ ਕੁੜੀਆਂ ਲਈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਨਜ਼ਰ 'ਚ ਡਿਪੈਂਡ ਕਰਦਾ ਕੀ ਪੜਾ ਰਹੇ ਹਾਂ ਜੇ ਤੁਸੀਂ ਉਸ ਨੂੰ ਮੈਡੀਕਲ ਕੋਰਸ ਕਰਵਾਇਆ ਹੈ ਤੇ ਉਸ ਨੇ ਉਹ ਮੈਡੀਕਲ ਕੋਰਸ ਪੂਰਾ ਕਰ ਲਿਆ ਉਹ ਡਾਕਟਰ ਬਣ ਗਈ ਹੈ ਤੇ ਫਿਰ ਤੁਸੀਂ ਇਨਸਿਸਟ ਕਰੋ ਜਾਂ ਸਹੁਰੇ ਇਨਸਿਸਟ ਕਰਨ ਕਿ ਅਸੀਂ ਇਹ ਤਾਂ ਨੌਕਰੀ ਨਹੀਂ ਕਰਵਾਣੀ ਇਹ ਜ਼ਿਆਤੀ ਹੈ ਨੌਕਰੀ ਜਿਹੜੇ ਹੈਗੇ ਉਹ ਪੈਸਿਆਂ ਵਾਸਤੇ ਨਹੀਂ ਹੁੰਦੀ ਹੈਗੀ ਨੌਕਰੀ ਜਿਹੜੀ ਹੈ ਐਕਸਪੀਰੀਅੰਸ ਵਾਸਤੇ ਵੀ ਹੁੰਦੀ ਹੈ ਤੁਸੀਂ ਕਿੰਨਾ ਕੁਝ ਸਿੱਖਦੇ ਹੋ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਉਨੇ ਆ ਤੁਹਾਡੀ ਰੈਪਿਊਟੇਸ਼ਨ ਬਿਲਡ ਹੁੰਦੀ ਹੈ ਉਹ ਰੈਪਿਊਟੇਸ਼ਨ ਜਿਹੜੀ ਹੈ ਉਹ ਇੱਕ ਹਾਊਸ ਵਾਈਫ ਜਿਹੜੀ ਹੈ ਉਹ ਤਾਂ ਗ੍ਰੈਜੂਏਟ ਵੀ ਜਿਹੜੀ ਹੈਗੀ ਹੈ ਉਹ ਵੀ ਬੜੀ ਚੰਗੀ ਹਾਊਸ ਵਾਈਫ ਬਲਕਿ ਉਹ ਜਾਦੇ ਚੰਗੀ ਹਾਊਸ ਵਾਈਫ ਸਾਬਤ ਹੋਏਗੀ ਬਜਾਏ ਦੇ ਕਿ ਹਾਈਲੀ ਕੁਆਲੀਫਾਈਡ ਕੋਈ ਲੇਡੀ ਹੋਵੇ ਜਾਂ ਲੜਕੀ ਹੋਵੇ ਉਸ ਨੂੰ ਤੁਸੀਂ ਕੇਵਲ ਹਾਊਸ ਵਾਈਫ ਬਣਾ ਲਓ ਸੋ ਮੈਂ ਤਾਂ ਇਸ ਗੱਲ ਦੇ ਹੱਕ 'ਚ ਹਾਂ ਕਿ ਲੜਕੀ ਜਿਹੜੀ ਹੈ ਜੇਕਰ ਉਹ ਕੁਆਲੀਫਾਈਡ ਹੈ ਹਾਈਲੀ ਕੁਆਲੀਫਾਈਡ ਹੈ ਉਹ ਜੋਬ ਤੇ ਲੱਗ ਸਕਦੀ ਹੈ ਉਸ ਨੂੰ ਜੋਬ ਕਰਨੀ ਚਾਹੀਦੀ ਹੈ ਜੋਬ ਕਰਨ ਦੇ ਫਾਇਦੇ ਦੇਖੋ ਕੀ ਹੈਗੇ ਉਹ ਅਪ ਟੂ ਡੇਟ ਰਹੇਗੀ ਹਮ ਸਿਹਤ ਦੇ ਪੱਖੋਂ ਠੀਕ ਰਹੇਗੀ ਜਿਹੜੀਆਂ ਹਾਊਸ ਵਾਈਫਸ ਹੁੰਦੀਆਂ ਨਾ ਉਹ ਭਾਵੇਂ ਉਹਨਾਂ ਕੋਲ ਕਿੰਨਾ ਹੀ ਪੈਸਾ ਹੋਵੇ ਉਹਨਾਂ ਕੋਲ ਕੱਪੜੇ ਤਾਂ ਸੋਹਣੇ ਹੋਣਗੇ ਕੱਪੜੇ ਮਹਿੰਗੇ ਹੋਣਗੇ ਪਰੰਤੂ ਜਦੋਂ ਉਹ ਪਾਉਣਗੇ ਕਿਉਂਕਿ ਉਹਨਾਂ ਨੇ ਹਰ ਰੋਜ਼ ਕਿਤੇ ਜਾਣਾ ਨਹੀਂ ਹੈ ਕਿਸੇ ਨੂੰ ਕਿਸੇ ਫੰਕਸ਼ਨ ਤੇ ਬਹੁਤਾ ਜਾਣਾ ਨਹੀਂ ਹੈ ਕਦੇ-ਕਦੇ ਜਾਣਾ ਹੈਗਾ ਕਦੇ-ਕਦੇ ਉਹਨਾਂ ਨੇ ਕੱਪੜੇ ਪਾਉਣੇ ਉਹ ਕੱਪੜੇ ਜੱਛਦੇ ਨਹੀਂ ਉਹਨਾਂ ਨੂੰ ਕਿਉਂਕਿ ਉਹ ਕੱਪੜੇ ਪਹਿਨਦੇ ਰਹੋ ਨਾ ਤੇ ਉਹ ਰੈਲੇਵੈਂਟ ਰਹਿੰਦੇ ਆ ਉਹਨਾਂ ਦਾ ਢੰਗ ਤਰੀਕਾ ਜਿਹੜਾ ਠੀਕ ਰਹਿੰਦਾ ਹੈ ਮੈਂ ਪਰਸਨਲੀ ਇਸ ਗੱਲ ਦੇ ਹੱਕ 'ਚ ਆ ਕਿ ਲੜਕੀਆਂ ਜੇਕਰ ਹਾਈਲੀ ਕੁਆਲੀਫਾਈਡ ਹੋਣ ਤੇ ਜੇਕਰ ਉਹ ਜੌਬ ਕਰਨੀ ਚਾਹੁੰਦੀਆਂ ਹੋਣ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਇਹ ਮੇਰੀ ਆਪਣੀ ਬੇਟੀ ਦੀ ਜਦੋਂ ਅੰਗੇਜਮੈਂਟ ਸੀ ਤਾਂ ਅਸੀਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਸੀਗਾ ਵੀ ਇਹ ਜੌਬ ਕਰੇਗੀ ਤੇ ਜੌਬ ਤੋਂ ਇਹ ਇਸ ਦੀ ਮਰਜ਼ੀ ਹੈ ਫੈਸਲਾ ਇਹਨੇ ਕਰਨਾ ਹੈਗਾ ਮਤਲਬ ਤੁਹਾਡਾ ਕਹਿਣਾ ਵਾਜਬ ਨਹੀਂ ਹੋਏਗਾ ਤੁਸੀਂ ਕਹੋਗੇ ਜੌਬ ਛੱਡ ਦੇਵੇ ਉਹਨਾਂ ਨੂੰ ਜੌਬ ਕਰਨੀ ਚਾਹੀਦੀ ਹੈ